ਹਾਂ ਜੀ ਸਰਦਾਰ ਮਲਕੀਤ ਸਿੰਘ ਹੈ ਜੀ ਅਤੇ ਸਾਡੇ ਮਤਲਬ ਪਰਿਵਾਰ ਦੇ ਚਾਰ ਮਤਲਬ ਜਿਹੜੇ ਜੀ ਆ ਉਹ ਮਤਲਬ ਸੋਮਵਾਰ ਦਿਨ ਦੇ ਐਤਵਾਰ ਦੀ ਰਾਤ ਅਤੇ ਸੋਮਵਾਰ ਦੇ ਦਿਨ 'ਤੇ ਗਾਇਬ ਨੇ ਅਤੇ ਉਹਨਾਂ ਨੂੰ ਮਤਲਬ ਅਸੀਂ ਲੱਭਣ ਵਾਸਤੇ ਮਤਲਬ ਸਾਰੇ ਹੀ ਪਰਿਵਾਰ ਨੇ ਮਤਲਬ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਤੇ ਅੱਜ ਤੱਕ ਉਹਨਾਂ ਦੀ ਕੋਈ ਵੀ ਸਾਨੂੰ ਮਤਲਬ ਕੋਈ ਸੁਰਾਗ ਨਹੀਂ ਮਿਲਿਆ ਵੀ ਉਹ ਕਿੱਥੇ ਨੇ ਜਾਂ ਕਿਸੇ ਰਿਸ਼ਤੇਦਾਰ ਕੋ ਆ ਜਾਂ ਕਿਸੇ ਗੁਰਦੁਆਰੇ ਕੋ ਆ ਵਿੱਚ ਨੇ ਪਤਾ ਨਹੀਂ ਇਸ ਗੱਲ ਦਾ ਚੱਲ ਰਿਹਾ ਵੀ ਕਿੱਥੇ ਨੇ ਠੀਕ ਆ ਉਸ ਤੋਂ ਬਾਅਦ ਉਪਰੰਤ ਮੈਨੂੰ ਮੇਰੇ ਮਾਮਾ ਜੀ ਦਾ ਫੋਨ ਗਿਆ ਆ 7 ਵਜੇ ਵੀ ਮੇਰੇ ਬੱਚੇ ਜਿਹੜੇ ਉਹ ਘਰ ਦੇ ਵਿੱਚ ਨਹੀਂ ਹੈਗੇ ਅਤੇ ਮੈਂ ਮਤਲਬ ਦੂਸਰਾ ਮਾਰਾ ਉਹਦੇ ਸਾਰੇ ਹੀ ਰਿਸ਼ਤੇਦਾਰਾਂ ਨੂੰ ਕਾਲ ਕੀਤੀ ਆ ਉਹਦੇ ਸਹੁਰਿਆਂ ਨੂੰ ਕੀਤੀ ਆ ਹੋਰ ਵੀ ਜਿਹੜੇ ਉਹਦੇ ਲਾਗੇ ਦੇ ਰਿਸ਼ਤੇਦਾਰ ਆ ਉਹਨਾਂ ਨੂੰ ਵੀ ਕਾਲ ਕੀਤੀ ਆ ਉਹ ਤੋਂ ਉਪਰੰਤ ਅਸੀਂ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਦੂਸਰਾ ਮਾਰਾ ਸ਼ਹੀਦਾਂ ਸਾਹਿਬ ਹੋਰ ਵੀ ਜਿਹੜੇ ਲਾਗੇ ਚਾਗੇ ਗੁਰਧਾਮ ਸੀ ਉਹਨਾਂ ਦੇ ਵਿੱਚੋਂ ਮਤਲਬ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਆ ਉਹ ਤੋਂ ਉਪਰੰਤ ਅਸੀਂ ਲੱਭਦੇ ਹਾਂ ਵੀ ਮੁੜ ਕੇ 3 ਵਜੇ ਮਤਲਬ ਪ੍ਰਸ਼ਾਸਨ ਦੇ ਕੋਲ ਆਪਾਂ ਗਏ ਹਾਂ ਛੰਡੇਰ ਥਾਣੇ ਨਾਲ ਸਾਡੇ ਮਾਮਾ ਜੀ ਗਏ ਨਾਲ ਸਾਡੀ ਇੱਕ ਮਾਸੀ ਦਾ ਬੇਟਾ ਗਿਆ ਨਾਲ ਮੈਂ ਵੀ ਗਿਆ ਸੀ ਜਿੱਥੇ ਅਸੀਂ ਜਾ ਕੇ ਪ੍ਰਸ਼ਾਸਨ ਨੂੰ ਇਹ ਦੱਸਿਆ ਕਿ ਸਾਡੇ ਮਤਲਬ ਚਾਰ ਜੀ ਜਿਹੜੇ ਆ ਉਹ ਮਤਲਬ ਰਾਤ ਦੇ ਗਾਇਬ ਨੇ ਠੀਕ ਹੈ ਅਸੀਂ ਉਹਨਾਂ ਨੂੰ ਲੱਭਣ ਦੀ ਸਾਰੀ ਕੋਸ਼ਿਸ਼ ਕੀਤੀ ਅਸੀਂ ਪ੍ਰਸ਼ਾਸਨ ਕੋਲੋਂ ਮਤਲਬ ਉਹਨਾਂ ਨੂੰ ਦੱਸਿਆ ਵੀ ਹੈਗਾ ਵੀ ਸਾਡੀ ਤੁਹਾਡੀ ਕੰਪਲੇਂਟ ਲਿਖੀ ਜਾਵੇ ਵੀ ਸਾਡੇ ਪਰਿਵਾਰ ਦੇ ਜੀ ਨਹੀਂ ਲੱਭਣ ਡੇ ਬਾਕੀ ਸਾਨੂੰ ਕਿਸੇ ਵੀ ਪਰਿਵਾਰ ਦੇ ਜੀ ਦੇ ਨਾਲ ਮਤਲਬ ਕਿਸੇ ਦੇ ਡਾਊਟ ਹੈਗਾ ਵੀ ਕਿੰਨਾ ਕਿ ਨਾ ਸਾਡਾ ਕਿਸੇ ਨਾਲ ਵੈਰ ਵਿਰੋਧ ਹੈਗਾ ਘਟਨਾ ਦਾ ਅਜੇ ਤੱਕ ਤਾਂ ਕੋਈ ਪਤਾ ਨਹੀਂ ਜੇ ਚੱਲਿਆ ਅਤੇ ਮੇਰੀ ਸਿਸਟਰ ਆ ਅਤੇ ਨਾਲ ਬੇਟੀ ਆ ਉਹਨਾਂ ਦੀ ਅਤੇ ਨਾਲ ਭਾਣਜੇ ਆ ਦੋ ਜਵਾਨ ਨੌਜਵਾਨ ਆ ਅਤੇ ਉਹ ਰਾਤ ਤੋਂ ਮਤਲਬ ਐਤਵਾਰ ਰਾਤ ਤੋਂ ਅਤੇ ਸੋਮਵਾਰ ਦਿਨੇ ਨਹੀਂ ਘਰੇ ਅਤੇ ਬਾਅਦ 'ਚ ਸਾਡਾ ਭਾਅ ਜੀ ਉਹ ਕੰਪਲੇਂਟ ਲਿਖਾਉਣ ਗਏ ਸੀ ਥਾਣੇ ਆਪਣੇ ਭਣੇਵਿਆਂ ਦੇ ਨਾਲ ਅਤੇ ਉਹ ਤੋਂ ਬਾਅਦ 'ਚ ਦੁਪਹਿਰ 3 ਵਜੇ 3:30 ਵਜੇ ਉਹ ਵੀ ਘਰੋਂ ਗਾਇਬ ਆ ਅਤੇ ਨਾਲ ਹੀ ਉਹਦਾ ਸਵਿੱਚ ਔਫ ਆ ਅਤੇ ਸਾਡੇ ਜਿਹੜੇ ਬੱਚੇ ਸੀ ਉਹਨਾਂ ਦੇ ਕੋਲ ਵੀ ਮੋਬਾਇਲ ਸੀ ਅਤੇ ਉਹ ਵੀ ਮਤਲਬ ਘਰੇ ਹੀ ਆ ਅਤੇ ਜੋ ਵੀ ਆ ਪੈਸੇ ਟਕੇ ਵੀ ਘਰੇ ਆ ਕੋਈ ਕੱਪੜੇ ਨਹੀਂ ਲੈ ਕੇ ਗਏ ਜਾਂ ਕੀ ਆ ਕੀ ਨਹੀਂ ਜੀ ਉਹ ਵੀ ਕੱਪੜੇ ਉਹਨਾਂ ਪਾਏ ਉਹੀ ਉਹਨਾਂ ਦੇ ਗਲ ਸੀ ਕੀ ਲੱਗਦਾ ਤੁਹਾਨੂੰ ਕੁਛ ਵੀ ਕੀ ਕਹਿ ਸਕਦੇ ਹਾਂ ਜਿੰਨਾ ਚਿਰ ਹੁਣ ਅਸੀਂ ਤਾਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਵੀ ਉਹ ਇਹਦਾ ਕੋਈ ਨਾ ਕੋਈ ਹੱਲ ਕੱਢਣ ਕੋਈ ਲੜਾਈ ਝਗੜਾ ਵੀ ਸੀਗਾ ਘਰ 'ਚ ਲੜਾਈ ਝਗੜਾ ਕੋਈ ਖਾਸ ਨਹੀਂ ਪਤਾ ਲੱਗਾ ਲੱਗ ਸਕਿਆ ਵੀ ਲੜਾਈ ਝਗੜਾ ਹੈ ਕਿ ਨਹੀਂ ਪੁਲਿਸ ਨੂੰ ਦਰਖਾਸਤ ਦਿੱਤੀ ਆ ਹਾਂਜੀ ਪੁਲਿਸ ਨੂੰ ਦਿੱਤੀ ਆ ਕੀ ਕਾਰਵਾਈ ਹੋਈ ਪੁਲਿਸ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਫਿਲਹਾਲ ਜਿਸ ਦਿਨ ਗਾਇਬ ਹੋਏ ਰਾਤ ਉਸ ਦਿਨ ਐਤਵਾਰ ਕੋਈ ਲੜਾਈ ਝਗੜਾ ਹੈ ਨਹੀਂ ਸਾਨੂੰ ਇਸ ਬਾਰੇ ਕੋਈ ਨਹੀਂ ਪਤਾ ਕੀ ਮੰਗ ਕੀ ਕਰਦੇ ਜੀ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਸਾਡਾ ਜਿਹੜਾ ਪਰਿਵਾਰ ਆ ਉਹਨੂੰ ਲੱਭਿਆ ਜਾਵੇ ਅਤੇ ਕੀ ਨਾਂ ਕੀ ਹੈ ਪਰਿਵਾਰਕ ਮੈਂਬਰ ਜਿਹੜੇ ਜਿਹੜੇ ਗਾਇਬ ਹੋਏ ਆ ਸਾਡੀ ਸਿਸਟਰ ਦਾ ਨਾਂ ਜੀ ਦਵਿੰਦਰ ਕੌਰ ਜੀ ਅਤੇ ਭਾਣਜੇ ਦਾ ਨਾਂ ਆ ਸਰਨਜੀਤ ਕੌਰ ਅਤੇ ਵੱਡੇ ਭਣੇ ਦਾ ਨਾਂ ਓਂਕਾਰ ਸਿੰਘ ਅਤੇ ਨਿੱਕੇ ਦਾ ਨਾਂ ਲਵਰੂਪ ਸਿੰਘ ਆ ਅਤੇ ਜਿਹੜਾ ਸਾਡਾ ਜੀਜਾ ਉਹਦਾ ਨਾਂ ਹਰਵੰਤ ਸਿੰਘ ਆ ਕਾਲਾ ਕਹਿੰਦੇ ਉਹਨੂੰ ਪਿੰਡ 'ਚ ਇਹਦੇ ਖੁਰਦ ਪਿੰਡ ਆ ਉੱਥੇ ਇੱਕ ਔਰਤ ਚਾਰ ਜਿਹੜੇ ਮਿਸ ਹੋਏ ਉਹਦੇ ਸੰਬੰਧ 'ਚ ਗੁੰਮ ਸ਼ੁਕਤੀ ਦਰਜ ਕੀਤੀ ਗਈ ਆ ਤਤਕਾਲ ਤੇਲ ਹੰਤ ਜਿਵੇਂ ਕਾਲ ਤੇਲ ਵਿਭਾਗ 'ਤੇ ਜਿਹੜੀ ਕਾਰਵਾਈ ਆ ਕੋਸ਼ਿਸ਼ ਕਰ ਰਹੀ ਸਰ ਕੰਪਲੇਂਟ ਕਰਤਾ ਵੀ ਜਿਹੜਾ ਗਾਇਬ ਆ ਹਾਂ ਬਿਲਕੁਲ ਗਾਇਬ ਜੀ ਅਤੇ ਕੀ ਇੱਕ ਹੋਰ ਭਤੀਜਾ ਵੀ ਉਹਨਾਂ ਨੇ ਗਾਇਬ ਹੈ ਜੀ ਭਤੀਜਾ ਨਹੀਂ ਕੋਈ ਕੁਲਦੀਪ ਸਿੰਘ